ਘੰਟੇ ਦਾ ਇੱਦਾਂ ਦੇਖੋ ਸਾਡੇ ਸਲੀਪਲੈਸ ਬੰਦੇ ਝੂਠਾ ਹਰਮਨ ਹਰਮਨ ਮੈਗੀ ਹਰਮਨ ਉੜਦਾ ਹੀ ਨੀ ਭਰਾਵਾ ਸਾਡੇ ਗੱਲਾਂ ਹੀ ਨੀ ਮੁੱਕਦੀਆਂ ਭੈਣ ਨੀਂਦ ਹੀ ਨੀ ਆ ਰਹੀ ਪਤਾ ਨੀ ਕਾਹਤੋਂ ਅੱਜ ਕਰਦੇ ਆ ਦੇਖੋ ਜੀ ਰਾਤ ਦੇ ਡੇਢ ਵਜੇ ਨਾ ਸੌਂਦੇ ਆ ਤੇ ਨਾ ਸੌਣ ਦਿੰਦੇ ਕਿਸੇ ਨੂੰ ਤੇ ਹਾ ਸ਼ਰਾਰਤਾਂ ਹੀ ਲੱਗੇ ਹੋਏ ਕਰਨ ਬੰਦ ਕਰ ਬੱਤੀ ਚਲੋ ਬਲੌਗ ਇੱਥੇ ਬੰਦ ਕਰਨ ਲੱਗਾ ਸਵੇਰ ਨੂੰ ਬਣਾ ਕੇ ਕੰਟੀਨਿਊ ਕਰਾਂਗੇ ਇੱਥੇ ਬਲੌਗ ਆਪਾਂ ਬਲੌਗ ਦਾ ਨਾਮ ਵੀ ਰੱਖਣਾ ਰਾਤੀ ਡੇਢ ਵਜੇ ਬਲੌਗ ਸ਼ੁਰੂ ਕੀਤਾ ਆਹੋ ਤੁਸੀਂ ਨਾ ਵੀ ਹੋਏ ਤੁਸੀਂ 9 ਵਜੇ ਤੱਕ 10 ਵਜੇ ਤੱਕ ਸੁੱਤੇ ਨੀ ਉੱਠਣਾ ਹੈਗਾ ਉਹ ਤੂੰ ਸੋ ਜਾਓ ਨਾਲੇ ਸਾਨੂੰ ਪਾਣੀ ਮੈਨੂੰ ਵੀ ਪਿਲਾ ਦੇਖੋ ਆਪਾਂ ਲਾਈਟਾਂ ਲੁੱਟਾਂ ਜਗਾਈਆਂ ਹੁਣ ਵਧੀਆ ਕਲੈਰਟੀ ਆਉਂਦੀ ਪਈ ਆ ਦੇਖਣ ਡੇ ਸੀ ਫਿਲਮ ਮੈਗੀ ਲਿਆ ਕੇ ਰਾਤੀ ਬਣਾ ਕੇ ਖਾਵਾਂਗੇ 12 ਵਜੇ ਤੋਂ ਬਾਅਦ ਬੰਦ ਕਰਦੇ ਸਵੇਰ ਦਿਖਾਵਾਂਗੇ ਹੁਣ ਬੰਦ ਕਰ ਸੁੱਤਾ ਪਿਆ
ਹਾਂਜੀ 9:30 ਹੋ ਗਏ ਆ ਹੁਣ ਹਿਲਦੀ ਨੀ ਹੈਗੀ। ਤੇ ਉਧਰ ਭਾਈ ਸਾਹਿਬ ਜੀ ਉਹਦੇ ਬਾਲ ਕਿੱਦਾਂ ਖਿਲਾਰੇ ਆ, ਇਹ ਹੁਣ ਉੱਠੇ ਆ, ਬਾਜ਼ ਮਾਰ ਕੇ ਠਾਲੇ ਆ ਜੀ, ਉੱਠੋ ਭਾਈ ਸਾਹਿਬ ਜੀ। ਹਾਂਜੀ ਨੌਂ ਚੱਲਿਆ ਮੈਂ ਤਾਂ ਕਰਦੀ ਉੱਠੀ ਆ, ਬੂਟਿਆਂ ਨੂੰ ਪਾਣੀ ਵੀ ਪਾਇਆ ਹੀ ਆ, ਬਸ ਹੁਣ ਕੱਪੜੇ ਧੋਣ ਲੱਗੀ ਆ। ਹਰਮਨ ਕਿੱਥੇ ਆ? ਕੋਠੇ ਤੇ ਆ ਹਰਮਨ ਨਾ। ਓ ਹਰਮਨ ਵੀ ਉੱਠ ਗਿਆ, ਕੋਠੇ ਤੇ ਪਟਕਾ ਪਟਕਾ ਬੰਨਣ ਗਿਆ, ਇਹ ਵੀ ਨਹੀਂ ਪਤਾ ਕੋਠੇ ਜਾ ਕੇ ਸੋਈ ਨਾ ਗਿਆ ਹੋਵੇ। ਕਿ ਪਤਾ ਸੋਈ ਗਿਆ ਹੋਵੇ ਕੋਠੇ ਜਾ ਕੇ, ਦੇਖੋ ਜਾ ਕੇ ਮੰਮਾ ਕੀ ਬਣਾਉਣਾ ਦੁਪਹਿਰੇ, ਫਿਰ ਦੇਖਦੇ ਆ ਕੀ ਯਾਰ ਇਦਾਂ ਲੱਗਦਾ, ਦੱਸੋ ਨਾ ਕੀ ਬਣਾਉਣਾ। ਪਾਪਾ ਰਾਤ ਦੀ ਤਾਂ ਬੜੀ ਆ, ਸਾਰੇ ਘਰ ਕਹਿਣ ਦੇ ਸੀਗੇ ਉਹ ਖਾਣਾ ਉਹ ਖਾਣਾ, ਬਣਾਉਣਾ ਕੋਈ ਨਹੀਂ ਬਣਾਉਣਾ, ਜਦੋਂ ਪੁੱਛਿਆ ਬਣਾਉਣਾ ਮੈਂ ਵੀ ਮੰਮੀ ਮੈਗੀ ਖਾਣੀ ਆ ਅੱਜ, ਮਿਰਚਾਂ ਵਾਲੀ ਮੈਗੀ ਆ। ਉਹ ਜਿਹੜੇ 15 ਵਾਲੇ ਮੈਗੀ ਆਉਂਦਾ ਉਹ ਖਾਣ ਦਿਲ ਕਰਦਾ ਹਨਾ। ਮੈਨੂੰ ਤਾਂ ਫਾਇਦਾ ਜੇ ਤੁਸੀਂ ਮੈਗੀ ਮੰਮੀ ਬਣਾ ਲੋਗੇ ਤੇ ਮੈਂ ਆਪਣਾ ਕੰਮ ਕਰ ਲੂੰਗਾ। ਵਧੀਆ ਵੀ ਆਪਾਂ ਰੋਜ਼ ਮੈਗੀ ਖਾਵਾਂਗੇ ਜੇ ਆਪਣਾ ਕੰਮ ਨੂੰ ਵੇੜੋ ਇੱਦੇ। ਕਾਗਾ ਮੈਗੀਆਂ ਬਿਮਾਰ ਹੋਈ ਹੋ। ਇੱਕ ਮਿੰਟ ਲੈ ਨਾ ਲੱਗੇ ਬਿਮਾਰੀਆਂ ਨੂੰ। ਚਲ ਖਾ ਲਓ ਰੋਟੀ ਫਿਰ ਖਾਣੇ ਆ ਹਨਾ। ਹੋ ਗਿਆ ਆਪਾਂ 2 ਵਜ ਚੱਲੇ ਨੇ। ਇੱਥੇ ਤਾਂ ਖਾਓ ਤੇ ਦੀਦੇ ਦੇਗਾ ਤੇ। ਹਾਂ। ਮੈਗੀ ਮੈਂ ਕਰਨਾ ਕੰਮ ਤੇ ਮੰਮੀ ਬਣਾਉਗੀ ਮੈਗੀ। ਮੰਮਾ ਕੀ ਦਿਖਾਵਾ? ਮੰਮਾ ਦੇਖੋ ਮੈਂ ਬਣਾਇਆ ਹੌਕੀ, ਆ ਕੀ ਬਣਾਇਆ? ਉਹ ਸਾਈਡ ਤੇ ਅਟੈਚ ਕੀਤਾ। ਲੋ ਪਰੇ ਮੰਮੀ ਧਾਗਾ ਲੈ ਕੇ ਧਾਗਾ ਲਿਆ ਸੀਗਾ ਉੱਥੋਂ ਰੀਲ ਤੋਂ, ਉਹਨੇ ਬਣਾਇਆ। ਸੋਹਣਾ ਲੱਗਦਾ ਨਾ ਸਾਈਡ ਤੇ? ਆਹੋ ਬੜਾ ਕਿਊਟ ਲੱਗਾ। ਤੇ ਹੁਣ ਚਲੋ ਕਰ ਲਓ ਕੰਮ ਫਿਰ, ਅਜਾ ਮੈਗੀ ਖਾਵਾਂਗੇ। ਮੱਖੀ ਆਈ ਹੋਈ ਆ ਯਾਰ, ਇਹ ਬਹੁਤ ਤੰਗ ਕਰੀ ਜਾਂਦੀ ਸਵੇਰ ਦੀ। ਮੈਂ ਉੱਧਰ ਬੈਠੀ ਸੀ ਨਾ, ਮੇਰੇ ਚੜੀ ਜਾਂਦੀ ਉੱਤੇ ਉੱਤੇ ਆ ਖੜ। ਕੋਈ ਨਾ ਵੀ ਕੰਮ ਕਰ ਲਓ ਫਿਰ ਖਾਵਾਂਗੇ ਹੁਣ ਆਪਾਂ। ਪਾਪਾ ਆ ਗਏ ਲੈ, ਦੇਖੋ ਆਹੀ ਆ ਨਾ, ਆਹੀ ਆ ਮਾਰੀਓ ਨਹੀਂ ਆ ਪਾਪਾ, ਮਾਰੀਓ ਦੀ ਸੀ, ਮਾਰੀਓ ਦੀ। ਪਹਿਲੇ ਪਾਪਾ ਦੂਜੀ ਲੈ ਆਏ ਸੀਗੇ ਮੈਗੀ ਦੀ, ਉਹ ਜਿਹੜੀ ਸਪਾਈਸੀ ਵਾਲੀ ਆਂਦੀ ਆ, ਅੱਜ ਤੇਜ਼ ਤੜਕਾ, ਇਹ ਬਹੁਤ ਸਵਾਦੀ ਬਣਦੀ ਆ, ਇਹ ਟੇਸਟੀ ਬਣਦੀ ਆ ਮਾਰੀਓ ਵਾਲੇ ਦੀ ਆ। ਅੱਗੇ ਇੱਕ ਵਾਰੀ ਨਾ ਆਪਾਂ ਮੈਗੀ ਦੀ ਲਿਆਂਦੀ ਸੀਗੀ, ਉਹ ਟੇਸਟੀ ਨਹੀਂ ਸੀ ਬਣੀ, ਉਹਦੇ ਟੇਸਟ ਬਲੈਂਡ ਫਲੇਵਰ ਸੀ ਯਾਰ, ਪੂਰੀ ਬੋਲੀ ਦਾ ਸਿੰਪਲ ਹੀ ਵਧੀਆ। ਮੈਂ ਇਹ ਬੋਟਸ ਲਾਏ ਨੇ ਯਾਰ, ਤੂੰ ਲਾਇਆ ਹੋਲੀ ਬੋਲਦੀ ਆ, ਤੂੰ ਨਹੀਂ ਬੋਲਦੀ ਬਾਕੀਆਂ ਦੇ ਨਹੀਂ ਲਾਏ। ਮੈਂ ਚਲੋ ਇਹ ਬਣਾਓ ਤੇ 2 ਰੋਟੀਆਂ ਲਾਈਓ ਨਾਲ, ਇਹਦੇ ਤੇਰੀਆਂ ਦੋ ਪਤਨ ਮੈਗੀਆਂ ਮੈਗੀਆਂ ਆ ਗਈਆਂ। ਹੁਣ ਬਣ ਲੱਗੀ ਮੈਗੀ, ਮੈਗੀ ਨਹੀਂ ਜੋ ਵੀ ਮੁੰਡਾ ਜੀ ਨੇ ਪਾਤਾ ਮਸਾਲਾ, ਮਸਾਲਾ ਪਾਤਾ ਜਦੋਂ ਪਾਣੀ ਵਾਲਾ ਆ ਗਿਆ ਫਿਰ ਵਿੱਚ ਮੈਗੀ ਪਾਉਣੀ ਹੈ। ਸਾਰੇ ਨੂੰ ਰਸਤਰੀ ਆਉਂਦੀ ਹੈ ਮੈਗੀ ਦੀ, ਮੈਂ ਖਾਂਦੀ ਭਾਵੇਂ ਹੈ ਨਹੀਂ ਪਰ ਮੈਨੂੰ ਬਣਾਉਣੀ ਆਉਂਦੀ ਹੈ ਹੈਨਾ। ਹੋਰ ਕੀ ਖਾਇਓ? ਇਹ ਨੂਡਲਸ ਦਿਖਾਇਓ ਕੱਚੇ ਕੱਚੇ ਜਿਹੇ ਖਾਣੇ ਹੁੰਦੇ ਆ। ਅੱਧਾ ਪਿਆ ਇੱਕ ਪਾਸੇ ਮੈਂ ਲਾ ਦਿੰਦੀ ਫੁਲਕੇ, ਇੱਧਰ ਮੈਗੀ ਰੱਖ ਕੇ ਉੱਧਰ ਫੁਲਕੇ ਲਾ ਦਿੰਦੀ। ਕੱਚਾ ਕੱਚਾ ਨਹੀਂ ਖਾਣਾ ਹੈ ਟੁਕੜੇ ਨਹੀਂ।
ਮਿਲ ਪਾਈ ਮੇਰੀ ਮਸੀ ਤੋੜਦੀ ਨੀ ਮਾਮਾ ਕੀ ਕਰਦੇ ਮਾਮਾ ਦਾ ਕੰਮ ਹੀ ਨੀ ਮੁੱਕਦਾ ਪਾਪਾ ਕੀ ਕਰਦੇ ਦਿਖਾਓ ਓ ਆਓ ਮਾਮਾ ਕਿੱਦਾਂ ਫੇਰ ਖਾਈ ਮੈਗੀ ਹੋਰ ਬਣ ਗਈ ਦਾਦੀ ਚਲੋ ਲੈ ਕੇ ਆਈ ਫਿਰ ਲੈ ਕੇ ਆਓ ਯਾਰ ਡਾਂਸ ਕਰਨ ਦੀ ਹੁਣ ਕੀ ਹੋਇਆ ਤੈਨੂੰ ਆਪਾਂ ਲੱਗੇ ਖਾਣ ਹਰਮਨ ਨੂੰ ਕੀਤਾ ਸੀ ਫੋਨ ਹੈ ਨਹੀਂ ਕਹਿੰਦਾ ਮੈਂ ਵੀ ਖਾਣੀ ਆ ਮੈਂ ਕਿਹਾ ਫਿਰ ਆ ਜਾ ਟਾਈਮ ਸਿਰ ਖਾਣੀ ਆ ਤੇ ਵੀ ਅਸੀਂ ਤਾਂ ਲੱਗੇ ਆ ਖਾਣਾ ਦੇਖੋ ਜੀ ਲੱਗੇ ਆ ਜੀ ਅੱਜ ਮੈਗੀ ਮਿਰਚਾਂ ਵਾਲੀ ਮਾਰੀਓ ਮੈਗੀ ਆ ਇਹ ਕੜਾਈ ਲੈ ਆਂਦੀ ਐ ਤੂੰ ਵਾਓ ਇਹ ਮਾਰੀਓ ਮੈਗੀ ਇਹਦਾ ਨਾਮ ਆ ਇਹ ਖੁੱਲੀ ਖੁੱਲੀ ਬਣੀ ਆ ਮੈਂ ਦਾਦਾ ਮੈਗੀ ਚਪਕੀ ਉਹ ਇਹ ਇਹਦੀ ਕੁਆਂਟੀਟੀ ਥੋੜੀ ਜ਼ਿਆਦਾ ਨਾ ਤੇ ਇਹਦੇ ਨਾਲ ਆਪਾਂ ਖਾਵਾਂਗੇ ਰੋਟੀ ਹੁਣ ਪਾ ਕੇ ਲੱਗੇ ਆਈ ਸ਼ਾਬਾਸ਼ ਕਿੱਦਾਂ ਹੋਇਆ ਮੁੰਡੀ ਪਾਣੀ ਆਇਆ ਮੂੰਹ 'ਚ ਹੈਂ ਤੂੰ ਤੂੰ ਤਾਂ ਰੋਟੀ ਖਾਣੀ ਨਹੀਂ ਨਾਲ ਮੈਂ ਤਾਂ ਮੰਮਾ ਨੇ ਰੋਟੀ ਖਾਣੀ ਨਾਲ ਕਰਾਰੀ ਹੁੰਦੀ ਹੈ ਤਿੱਖੀ ਹੁੰਦੀ ਹੈ ਰੋਟੀ ਨਾਲ ਰੋਟੀ ਨਾਲ ਹੀ ਵਧੀਆ ਲੱਗਣੀ ਇਹ ਮੰਮੀ ਇੱਕ ਬਾਈਟ ਲੈ ਗਏ ਬਹੁਤ ਮਿਰਚ ਆ ਵਿੱਚ ਰੋਟੀ ਦੇ ਨਾਲ ਆ ਰੋਟੀ ਨਾਲ ਖਾਣ ਦੇ ਹਰਮਨ ਨੇ ਵੀ ਰੋਟੀ ਨਹੀਂ ਖਾਣੀ ਸੀ ਮੈਂ ਤਾਂ ਸਿੰਪਲ ਮਾਮਾ ਹੀ ਖਾਣੀ ਹੁੰਦੀ ਬਹੁਤ ਤਿੱਖੀ ਆ ਜਿਹੜੀ ਮੈਗੀ ਆ ਨਾ ਉਹ ਨਹੀਂ ਸਵਾਲ ਆਉਂਦੀ ਰੋਟੀ ਨਾਲ ਆ ਜ਼ਿਆਦਾ ਸਵਾਲ ਆਉਂਦੀ ਆ ਆਪਾਂ ਸਾਰੀ ਚੀਜ਼ ਸਵਾਲ ਆਉਂਦੀ ਭਰਾ ਚੱਲ ਖਾ ਲੈ ਉਹ ਨਾਲ ਬਣਾਉਗਾ ਫਿਰ ਖਾਵਾਂਗੇ ਦਾਦੀ ਖਾਣ ਲੱਗੀ ਰਾਜਮਾਂਹ ਰੋਟੀ ਦਾਦੀ ਦਾਦੀ ਮੈਗੀ ਖਾਂਦੇ ਨਹੀਂ ਯਾਰ ਬਹੁਤ ਮਿਰਚਾਂ ਦਾਦੀ ਨੇ ਮੈਗੀ ਖਾਣੀ ਹਾਂ ਬਾਬਾ ਜੀ ਬਹੁਤ ਮਿਰਚਾਂ ਵੇਚਦੇ 5 ਵਜੇ ਚੱਲੇ ਤੇ ਹਰਮਨ ਆ ਗਿਆ ਕੋਈ ਨਵਾਂ ਫੋਨ ਲੈ ਗਿਆ 12 ਮਿੰਨੀ ਕਿਹਦਾ ਮੁੰਡੇ ਦਾ ਖਾਣਾ ਪਿਆ ਮੈਗੀ ਮੰਮਾ ਕਰਦੇ ਪਏ ਸੂਟ ਕਟਿੰਗ ਹਰ ਮੰਮੀ ਆ ਸਵੇਰ ਦੇ ਲੱਗੇ ਆ ਮੰਮੀ ਕਹਿੰਦੇ ਆਪਾਂ ਸੂਟ ਕਟਿੰਗ ਕਰਕੇ ਫਟਾਫਟ ਆਪਾਂ ਜਾਣਾ ਆ ਉੱਥੇ ਤੂੰ ਬਣਾਇਆ ਦਾਦੀ ਬਣਾਉਂਦੀ ਸਾਡੇ ਘਰ ਆਊਗਾ ਚਾਹ ਪਿਲਾ ਕੇ ਹੁਣ ਲੱਗੇ ਅੰਬ ਖਾਣ ਦਿਖੇ ਨੀ ਹੈਗੇ ਐਤਕੀ ਤੂੰ ਬਾਲਾ ਨਾ ਬੋਲ ਤੋਤਾ ਹੈਗਾ ਆਪਣੇ ਘਰ ਹਾਂ ਚਲੋ ਆ ਲਿਆਓ ਮੈਨੂੰ ਵੀ ਦਿਓ ਯਾਰ ਇੱਕ ਇਹ ਨਹੀਂ ਹੈਗਾ ਇਹ ਚੁੱਪਣ ਵਾਲਾ ਹੁੰਦਾ ਜੀ ਨਹੀਂ ਨਹੀਂ ਉਹ ਦਿਖਾਵਾਂਗੇ ਤੈਨੂੰ ਲਿਆ ਕੇ ਦਿਖਾਵਾਂਗੇ ਤੈਨੂੰ ਤੋਤਾ ਅੰਬ ਕਿਹੜਾ ਹੁੰਦਾ ਵਧੀਆ ਨੀ ਨਿਕਲੇ ਮਿੱਠੇ ਨੀ ਨਿਕਲੇ ਨਾ ਅੰਬ
ਹੈ ਤੇਰੇ ਵਾਲਾ ਮਿੱਠਾ ਨਿਕਲਿਆ, ਸਾਡੇ ਵਾਲੇ ਮਿੱਠੇ ਨਹੀਂ ਨਿਕਲੇ ਹੈਗੇ, ਹੋਰ ਲੈ ਕੇ ਆਵਾਂਗੇ। ਅੱਗੇ ਇੱਕ ਵਾਰੀ ਲੈਂਦੇ ਸੀ ਉਹ ਬਹੁਤ ਮਿੱਠੇ ਨਿਕਲੇ ਸੀਗੇ, ਕੀ ਹੋਇਆ ਖਾਣ ਵਾਲੀ ਚੀਜ਼ ਖਾਣੀ ਆ। ਕਿੰਨਾ ਟਾਈਮ ਹੋ ਗਿਆ ਆ, ਆਪੇ ਦੇਖ ਲਓ, 8:30 ਹੋ ਗਿਆ, ਆਪੇ ਦੇਖ ਲਓ। ਤੇ ਪਾਪਾ ਆ ਗਏ ਨੇ, ਹਰਮਨ ਬਾਹਰ ਵੀਡੀਓ ਐਡਿਟ ਕਰਦਾ ਪਿਆ ਤੇ ਪਾਪਾ ਦੇਖਦੇ ਪਏ ਇੰਡੀਆ ਪਾਕਿਸਤਾਨ ਦਾ ਮੈਚ। ਇੰਡੀਆ ਪਾਕਿਸਤਾਨ ਦਾ ਮੈਚ ਟੀ20 ਵਰਲਡ ਕੱਪ। ਤੇ ਮਮਾ ਕੀ ਬਣਾਣਾ ਫਿਰ ਹੁਣ? ਗੋਭੀ ਲੈ ਕੇ ਆਇਆ ਨਹੀਂ, ਕਹਿੰਦੇ ਗੋਭੀ ਵਾਲੀਆਂ ਪਰੌਂਠੀਆਂ ਬਣਾਉਣੀਆਂ ਆ। ਅੱਜ ਬਣਾਣੀ ਗੋਭੀ ਵਾਲੀ ਪਰੌਂਠੀਆਂ ਤੇ ਮੇਰੇ ਗਹਿਣੇ। ਮੇਰੇ ਗਹਿਣੇ ਚਾਹ ਨਾਲ ਆਪਾਂ ਦੇਖਣਾ ਮੈਚ ਬਹਿ ਗਏ ਅੱਜ। ਅੱਜ ਕੋਈ ਨਾਟਕ ਕੋਈ ਕੁਝ ਨਹੀਂ ਦੇਖਣਾ। ਕੋਈ ਆਪਾਂ ਫੋਨ ਦੇਖਾਂਗੇ, ਫੋਨ ਦੇਖੋ ਆਪਣਾ, ਮੈਚ ਦੇਖਣਾ ਪੂਰਾ, ਦੇਖਣਾ ਦੇਖ ਲਾਂਗੇ ਆਪਣਾ। ਤੇ ਆ ਲੱਗਾ ਇੱਥੇ ਮੈਚ ਸ਼ੁਰੂ ਹੋਣ ਵਾਲਾ ਨਹੀਂ, ਟੈਗ ਕਰਕੇ ਲੇਟ ਹੋ ਗਿਆ ਨਹੀਂ। ਅੱਛਾ ਉੱਥੇ ਪੈ ਗਿਆ ਉੱਥੇ ਹੀ ਆਪਣੇ, ਇੱਥੇ ਥੋੜੋ ਉੱਥੇ ਨਹੀਂ ਪੈ ਗਿਆ। ਹਾਂ ਚਲੋ ਕੋਈ ਨਾ, ਬਾਕੀ ਦਿਖਾਣੇ ਆ ਆਪਾਂ ਗੋਪੀ ਦੀ ਰੋਟੀ, ਆਪਣਾ ਦਿਖਾਣੇ ਆ ਅੱਜ ਗੋਪੀ ਦੀ ਰੋਟੀ ਬਣੂਗੀ। ਤਿੰਨ ਧਾਗੇ ਮਸ਼ੀਨ ਚ ਪੈਂਦੇ, ਔਖੇ ਪਤਾ ਕਿੰਨੇ ਪੈਂਦੇ ਆ, ਏਦਾਂ ਥੋੜੋ ਕਿਤੇ ਧਾਗੇ ਪੈ ਜਾਣੇ ਉਹ ਚ। ਹਾਂਜੀ ਬਾਬਾ ਤੁਸੀਂ ਕੀ ਲੱਗੇ ਬਣਾਉਣ? ਚਲੋ ਮੈਂ ਕਿਹਾ ਬਣਾਉਣ ਲੱਗੇ, ਖਰੇ ਤੁਸੀਂ ਉਧਰ ਨੂੰ ਆ ਗਏ। ਠੀਕ ਤੈਨੂੰ ਕੀ ਹੋਇਆ ਆ, ਇਹ ਕੀ ਹੋਇਆ ਤੈਨੂੰ, ਹਾ ਕਰਦੀ ਆ ਹੈਂ, ਕੀ ਲੱਭਦੀ ਗਈ ਚੋਂ, ਕਿੱਦਾਂ ਖਲਾਰਾ ਪਾ ਕੇ ਬੈਠੀ ਆ। ਨਾਲ ਬਣਾਉਣੀ ਚਾਹ, ਚਲੋ ਚਾਹ ਤੇ ਗੋਭੀ ਵਾਲੀਆਂ ਬਣਾਉਣੀਆਂ। ਠੀਕ ਆ, ਤੁਹਾਡੀ ਮਾਤਾ ਦੀ ਡਿਊਟੀ ਲੱਗੀ ਹੋਈ ਆ ਪੱਕੀ? ਮੈਂ ਕਿਹਾ ਸਾਡੀ ਮਾਤਾ ਦੀ ਡਿਊਟੀ ਲੱਗੀ ਹੋਈ ਆ ਪੱਕੀ ਰੋਟੀ ਬਣਾਉਣ ਦੀ। ਇੰਟਰਲੋਕ ਵਾਲੀ ਮਸ਼ੀਨ ਦੇ ਉੱਤੇ ਨਾ, ਮੈਂ ਕਿਹਾ ਇੱਕ ਰੀਲ, ਕਹਿੰਦੇ ਮੰਮੀ ਕਹਿੰਦੇ ਤਿੰਨ ਰੀਲ ਲੈਣੇ ਪੈਣੀਆਂ, ਮੈਂ ਕਿਹਾ ਇੱਕ ਰੀਲ ਲਿਆ, ਉਹ ਮੈਂ ਡਿਵਾਈਡ ਕਰ ਦਿੰਦਾ ਤੈਨੂੰ। ਓਏ ਧਾਗੇ ਭਾਜੀ, ਤਿੰਨਾਂ ਦੇ ਪਾਉਣ ਨੂੰ ਅੱਧਾ ਪੌਣਾ ਘੰਟਾ ਧਾਗੇ ਪਾਉਣ ਨੂੰ ਲੱਗਣਾ, ਉਹ ਤਾਂ ਮੈਂ ਇਦਾਂ ਪਾਣਾ। ਕੀ ਹੋ ਗਿਆ, ਉਹ ਤਾਂ ਗੰਡ ਜਿੱਦਾਂ ਇਹ ਜਿਹੜਾ ਇੰਟਰਲੋਕ ਵਾਲੀ ਮਸ਼ੀਨ ਵਾਲਾ ਧਾਗਾ ਹੁੰਦਾ ਨਾ, ਸਭ ਤੋਂ ਪਹਿਲਾਂ ਜੋ ਮਰਜ਼ੀ ਘਰ ਚ ਬਣੇ, ਇਹ ਸਾਡੇ ਇੰਨੇ ਭੋਗ ਲਾਉਣਾ ਹੁੰਦਾ ਕੰਨਿਆ ਦੇਵੀ ਨੇ। ਸਾਡੀ ਕੰਨਿਆ ਦੇਵੀ ਇਹਨੇ ਭੋਗ ਲਾਉਣਾ ਦਾ, ਮੋਟੀ ਇੱਧਰ ਬਹਿ ਖਾ ਯਾਰ। ਕੋਈ ਨਹੀਂ।
ਨਹੀਂ ਉੱਥੇ ਮੈਂ ਬਹਿਣਾ ਆ, ਚੱਲ ਮੈਂ ਉੱਧਰ ਬਹਿ ਜਾਂਦਾ। ਪਤਾ ਕਿ ਉੱਧਰ ਫੋਨ ਚਾਰਜ ਵਗੈਰਾ ਲੱਗੇ ਨਾ ਸਾਰੇ, ਤਾਂ ਕਰਕੇ ਆ। ਹਾਂ ਇੱਧਰ ਬਹਿ ਖਾ, ਤੁਹਾਡਾ ਕੰਮ ਮੁੱਕਿਆ ਨਹੀਂ ਜੀ, ਥੋੜ੍ਹੀ ਦੇਰ ਲਈ ਬੰਦ ਕਰੋ, ਰੋਟੀ ਪਾਣੀ ਖਾਈਏ। ਨਹੀਂ ਨਹੀਂ ਮਤਲਬ ਬਣ ਗਈ ਆ ਤੇ ਫਿਰ ਆਪਾਂ ਖਾ ਲਈਏ ਨਾ। ਹਾਂਜੀ ਆ ਗਈ ਰੋਟੀ। ਉਹ ਯਾਰ ਉਹ ਬਾਹਰ ਕੋਈ ਆ ਗਿਆ ਸੀਗਾ, ਉਹਦੇ ਨਾਲ ਗੱਲ ਕਰਨ ਲੱਗ ਪਿਆ, ਇਸ ਕਰਕੇ ਥੋੜਾ ਟਾਈਮ ਲੱਗ ਗਿਆ। ਕੋਈ ਨੀ ਕੋਈ ਨੀ, ਤੂੰ ਠੰਡੀ ਹੋ ਜਾਣੀ, ਮੈਂ ਤਾਂ ਠੰਡੀ ਖਾਣੀ ਆ। ਹਾਂ ਭਾਈ ਕਿੱਦਾਂ ਮਤਲਬ ਤੁਸੀਂ? ਅੱਛਾ ਬਸ ਪੱਕ ਗਈ ਆ ਕਿ ਸਾਰਿਆਂ ਦੀਆਂ? ਮੋਟੀ ਤੂੰ ਅੱਜ ਤੱਕ ਰੋਟੀ ਖਾਧੀ ਨੀ ਹੈਗੀ? ਓਕੇ 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 ਬਸ ਬਸ ਲੋੜ ਹੀ ਨੀ ਹੋਰ, ਮੈਂ ਵੀ ਬਸ। ਚਲੋ ਆ ਜਾਓ ਤੁਸੀਂ ਵੀ ਮਤਲਬ। ਹਾਂਜੀ ਕਿੱਦਾਂ ਜੀ? ਲੱਗੇ ਭਾਂਡੇ ਮਾਂਜਣ ਹੁਣ? ਨਹੀਂ ਉਹ ਹਜੇ ਤੱਕ ਖਾਈ ਜਾਂਦੀ ਆ। ਸਪੀਡ ਹੌਲੀ ਆ, ਸਾਰਿਆਂ ਨੇ ਰੋਟੀਆਂ ਖਾ ਲੀਆਂ ਆ, ਭਾਂਡੇ ਮਾਂਜਣ ਲੱਗੇ ਆ, ਤਰਾ ਸਾਡੀ ਹਜੇ ਤੱਕ ਲੈ ਕੇ ਬੈਠੀ ਆ। ਦੇਖੋ ਹਜੇ ਤੱਕ ਲੈ ਕੇ ਬੈਠੀ ਆ, ਟੀਵੀ ਦੇਖੀ ਜਾਂਦੀ ਆ ਤੇ ਰਿਮੋਰੋ ਬਲੌਗ, ਰਿਮੋਰੋ ਵੀ ਦੇਖਣਾ, ਹੋਰ ਕੋਈ ਦੇਖਣਾ ਨੀਗਾ। ਚਲੋ ਠੀਕ ਆ ਜੀ, ਮਿਲਦੇ ਆ ਫਿਰ ਤੁਹਾਨੂੰ ਹੁਣ ਰਾਤੀ ਕੌਫੀ ਦੇ। ਅੱਜ ਕੌਫੀ ਪੀ ਕੇ ਗੇਮ ਦਾ ਆਪਣਾ ਬਲੌਗ ਲੈਂਡ ਕਰਨਾ, ਰਾਤ ਨੂੰ ਪੀਣੀ ਸੌਣ ਲੱਗੇ। ਸੂਟ ਦੀ ਘੜੀ ਉਹ ਲੜ ਪਏ 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 ਲੜ ਪਏ। ਕੀ ਹੋਇਆ ਕੀ ਹੋਇਆ? ਅੱਛਾ ਕੜਾ ਡਿੱਗ ਪਿਆ, ਮੈਂ ਕਿਹਾ ਪਤਾ ਨੀ ਕੀ ਹੋਇਆ ਲੜ ਪਏ। ਮੈਨੂੰ ਵੀ ਇਹੀ ਲੱਗਾ ਕੋਈ ਡਿੱਗ ਪਿਆ ਕੋਈ, ਮੈਂ ਬਲੌਗ ਦਾ ਐਂਡ ਕਰਨ ਲੱਗਾ ਸੀਗਾ। ਅੱਜ ਕਹਿੰਦੇ ਕੌਫੀ ਦੇ ਐਂਡ ਕਰਨਾ, ਕੌਫੀ ਹੁਣ ਕਹਿੰਦੇ ਪੀਣੀ ਨੀ ਹੈਗੀ, ਆਹੋ ਕੌਫੀ ਪੀਣੀ ਨੀ ਹੈਗੀ ਤੇ ਮੈਂ ਬਲੌਗ ਦਾ ਐਂਡ ਕਰਨ ਲੱਗਾ ਤੇ ਮੈਂ ਬਾਹਰ ਆਵਾਜ਼ ਆਈ ਡਰਮ ਕਰ ਗਏ। ਮੈਨੂੰ ਵੀ ਲੱਗਾ ਮੈਂ ਕਿਹਾ ਡਿੱਗ ਪਿਆ ਲਾਦਾ, ਓਏ ਹਟਜੋ ਹਟਜੋ, ਕੁਛ ਨੀ ਹੁੰਦਾ। ਚਲੋ ਚੱਲ ਬਲੌਗ ਦਾ ਐਂਡ ਕਰ, ਇਹ ਬਲੌਗ ਦਾ ਐਂਡ ਕਰ, ਹਟਜੋ ਬਲੌਗ ਦਾ ਐਂਡ ਕਰੋ। ਇਹਨਾਂ ਨੇ ਨੀ ਕਰਨਾ ਯਾਰ, ਤੁਸੀਂ ਕਰੋ ਯਾਰ, ਇਹਨਾਂ ਨੇ ਕਰਨਾ ਹੈਗਾ। ਇਹ ਤਾਂ ਤੂੰ ਕਰ ਬਲੌਗ ਦਾ ਐਂਡ, ਉਹਨਾਂ ਨੇ ਨੀ ਕਰਨਾ ਹੈਗਾ। ਹੈ ਦੱਸ ਕੋਈ ਵੀ ਨੀ ਕਰਦਾ ਪਿਆ, ਉਹ ਵੀ ਹੁਣ ਕਹੀ ਜਾਣਾ ਐਂਡ ਕਰ, ਉਹ ਨੀ ਕਰਦੇ ਲੜੀ ਜਾਂਦੇ, ਤੁਹਾਨੂੰ ਕਹੀ ਜਾਣਾ ਕੋਈ ਵੀ ਨੀ। ਲਓ ਜੀ ਇੱਧਰ ਇੰਡੀਆ ਦਾ ਪਾਕਿਸਤਾਨ ਦਾ ਮੈਚ, ਇੱਧਰ ਸਾਡੇ ਨਿਆਣਿਆਂ ਦਾ ਮੈਚ। ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ, ਕੋਈ ਬਲੌਗ ਦਾ ਐਂਡ ਨਹੀਂ ਕਰਦਾ ਪਿਆ, ਮੈਂ ਇਕੱਲਾ ਹੀ ਕਰਨ ਲੱਗਾ। ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਬਲੌਗ ਕਿੱਦਾਂ ਦਾ ਲੱਗਾ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ। ਥੈਂਕ ਯੂ।